ਅੱਜ ਬਸ ਹੁਣ ਨਿਸ਼ਾਨ ਸਾਹਿਬ ਥੱਲੇ ਲਾਉਣ ਦੀ ਵੀ ਰਸਮ ਸ਼ੁਰੂ ਹੋਣ ਵਾਲੀ ਆ। ਉਹ ਦੇਖੋ ਸਾਹਮਣੇ ਫਰੂਟੀਆਂ ਦਾ ਲੰਗਰ ਸਟਾਰਟ ਹੋ ਗਿਆ ਆ, ਕੋਲਡ ਡਰਿੰਕ ਦਾ ਤੇ ਫਰੂਟੀਆਂ ਦਾ। ਕਰਦੀ ਸੀ ਲੋਕਾਂ ਚਿੱਕਾ ਪਿਆ ਲੱਭ ਗਿਆ। ਦੇਖੋ ਉਹ ਬੱਲੇ 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 ਆਇਆ ਜੀ ਬਾਬਾ ਜੀ ਦੀ ਖੂਹੀ। ਇੱਧਰਲੇ ਪਾਸੇ ਜੀ ਸਬਜ਼ੀ ਕੱਟ ਹੁੰਦੀ ਪਈ ਆ, ਇੱਧਰਲੇ ਪਾਸੇ ਪੂਰੀ ਤਿਆਰੀ ਚੱਲਦੀ ਪਈ ਆ ਜੀ ਲੰਗਰ ਦੀ। ਜਲੇਬੀਆਂ ਨਿਕਲਦੀਆਂ ਪਈਆਂ ਆ। ਆਹ ਦੇਖੋ ਇੱਧਰ ਪਕੌੜੇ ਹੀ ਪਕੌੜੇ, ਇੱਧਰ ਪਕੌੜੇ ਹੋਰ ਨਿਕਲਦੇ ਪਏ ਆ। ਆਹ ਦੇਖੋ ਇੱਧਰ ਪਿਆਜ਼ ਕੱਟ ਕੇ ਰੱਖੇ ਹੋਏ ਆ, ਇੱਧਰ ਇੱਧਰ ਆਟਾ ਗੁੰਨ ਹੁੰਦਾ ਪਿਆ ਆ। ਇੱਧਰ ਠੰਡੇ ਲੰਗਰ ਲੱਗਾ ਪਿਆ ਆ, ਕੋਲਡ ਡਰਿੰਕ ਚੱਲਦੀ ਪਈ ਲੰਗਰ ਦੇ ਵਿੱਚ, ਕੋਲਡ ਡਰਿੰਕ। ਤੁਹਾਡਾ ਫਿਰ ਤੋਂ ਸਵਾਗਤ ਆ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ। ਅਸੀਂ ਪਿਛਲੇ ਬਲੌਗ ਵਿੱਚ ਦੇਖਿਆ ਸੀਗਾ ਮਿਨੀ ਗੋਆ, ਤੇ ਅੱਜ ਮੈਂ ਉਸ ਥਾਂ ਤੇ ਖੜਾ ਜਿੱਥੇ ਆਪਣੇ ਆਪ ਚੜਦਾ ਨਿਸ਼ਾਨ ਸਾਹਿਬ। ਹਾਂਜੀ ਮੈਂ ਖੜਾ ਆ ਅੱਜ ਡੇਰਾ ਬਾਬਾ ਜਵਾਹਰ ਦਾਸ ਜੀ, ਪਿੰਡ ਸੂਸਾ, ਡਿਸਟ੍ਰਿਕਟ ਹੁਸ਼ਿਆਰਪੁਰ। ਇਸ ਨੂੰ ਸੂਸਾ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਆ। ਅੱਜ ਤਰੀਕ ਹੈਗੀ 14 ਮਈ 2024 ਤੇ ਅੱਜ ਇੱਥੇ ਮੇਲਾ ਹੈ ਤੇ ਅੱਜ ਨਿਸ਼ਾਨ ਸਾਹਿਬ ਦੀ ਰਸਮ ਹੋਣੀ ਆ, ਤੇ ਅੱਜ ਇੱਥੇ ਨਿਸ਼ਾਨ ਸਾਹਿਬ ਆਪਣੇ ਆਪ ਚੜੂਗਾ। ਦੇਖ ਸਕਦੇ ਹੋ ਕਿ ਮੇਲਾ ਕਿੰਨਾ ਭਰਿਆ ਹੋਇਆ ਤੇ ਥਾਂ ਥਾਂ ਲੰਗਰ ਵੀ ਲੱਗੇ ਹੋਏ ਆ। ਲੱਗਦੇ ਆ ਇੱਥੇ ਜਿਹੜੇ ਲੰਗਰ ਆ ਇੱਕ ਦਿਨ ਪਹਿਲੇ ਲੱਗ ਜਾਂਦੇ ਆ, ਤੇ ਲੋਕੀ ਰਾਤ ਨੂੰ ਆ ਕੇ ਆਪਣੇ ਲੰਗਰ ਦੀ ਤਿਆਰੀ ਕਰਕੇ ਤਾਂ ਸਵੇਰ ਸਵੇਰ ਲੰਗਰ ਸਟਾਰਟ ਕਰ ਦਿੰਦੇ ਆ। ਦੇਖੋ ਕਿੱਦਾਂ ਐਨ ਪੰਡਾਲ ਭਰਿਆ ਪਿਆ, ਪੂਰੇ ਰੋਡ ਤੇ ਲੰਗਰ ਲੱਗੇ ਹੋਏ ਆ। ਪੁਲਿਸ ਦਾ ਪ੍ਰਬੰਧ ਪੂਰਾ ਪੂਰਾ ਕੀਤਾ ਜਾਂਦਾ ਕਿਉਂਕਿ ਇੱਥੇ ਲੜਾਈ ਝਗੜੇ ਦੇ ਚਾਂਸ ਹੁੰਦੇ ਕਦੀ ਕਦੀ। ਇੱਥੇ ਠੰਡੇ ਲੰਗਰ ਲੱਗਾ ਪਿਆ ਆ, ਕੋਲਡ ਡਰਿੰਕ ਚੱਲਦੀ ਪਈ ਲੰਗਰ ਦੇ ਵਿੱਚ, ਕੋਲਡ ਡਰਿੰਕ। ਇਹ ਲੰਗਰ ਬਸ ਸਟਾਰਟ ਹੋਣ ਵਾਲਾ ਇੱਧਰ ਤਾਂ। ਦੇਖੋ ਬਾਜ਼ਾਰ ਵੀ ਲੱਗਾ ਹੋਇਆ ਆ। ਇਹ ਬਾਜ਼ਾਰ ਦੋ ਦਿਨ ਪਹਿਲੇ ਲੱਗ ਜਾਂਦਾ। ਹੌਲੀ ਹੌਲੀ ਝੂਲਿਆਂ ਵਾਲੇ ਵੀ ਤਿਆਰੀ ਆਪਣੀ ਕਰਦੇ ਪਏ ਆ, ਬਸ ਆਹ ਵੀ ਸਟਾਰਟ ਹੋਣ ਵਾਲੇ ਆ ਸਾਰੇ ਝੂਲੇ ਵੀ ਇੱਧਰ। ਆਹ ਦੇਖੋ ਕਿੱਡੇ ਵੱਡੇ ਲੱਗਾ ਆ, ਕਿੱਡਾ ਵੱਡਾ ਲੱਗਾ ਆ, 1 2 3। ਆਹ ਦੇਖੋ ਬੱਚਿਆਂ ਲਈ ਖੇਡਣ ਲਈ, ਬੱਚਿਆਂ ਲਈ ਖਿਡੌਣੇ, ਬੱਚਿਆਂ ਲਈ ਝੂਲੇ, ਪੂਰੇ ਪ੍ਰਬੰਧ ਕੀਤੇ ਹੋਏ ਆ, ਪੂਰੇ ਲੱਗੇ ਹੋਏ ਆ ਗੋਲ ਗੱਪੇ। 1 2 3 4 5 ਪਤਾ ਨਹੀਂ ਕਿੰਨੀਆਂ ਕੁ ਦੁਕਾਨਾਂ ਗੋਲ ਗੱਪੇ ਲੱਗੀਆਂ ਇੱਧਰ, ਤੇ ਅੱਧੇ ਦੇ ਵਿੱਚੋਂ ਸਟਾਰਟ ਹੋ ਗਏ ਆ ਝੂਲੇ, ਤੇ ਅੱਧੇ ਨਹੀਂ ਸਟਾਰਟ ਅਜੇ ਹੋਏ ਹੈਗੇ, ਬਸ ਉਹ ਵੀ ਸਟਾਰਟ ਹੋ ਜਾਣੇ ਹੌਲੀ ਹੌਲੀ। ਟਾਈਮ 9 ਵੱਜ ਗਿਆ ਤੇ 10-11 ਵਜੇ ਜਦੋਂ ਸਟਾਰਟ ਹੋ ਗਏ ਇੱਥੇ ਤਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੋਣੀ ਹੈਗੀ। ਜਦੋਂ ਮੈਂ ਤੁਰਦਾ ਪਿਆ ਨਾ ਖਾਲੀ ਪੰਡਾਲ, ਸਾਰਾ ਪੰਡਾਲ ਭਰ ਜਾਣਾ ਮਤਲਬ ਪੂਰਾ ਇੱਥੇ। ਦੇਖੋ ਕਿੱਡੀ ਵੱਡੀ ਕਿਸ਼ਤੀ ਆ ਯਾਰ ਆਹ ਤਾਂ, ਓ ਹੋ ਇਹਦਾ ਡਰ ਵੀ ਲੱਗਦਾ ਲੋਕਾਂ ਨੂੰ ਯਾਰ ਇਹ ਪੇਪਰ ਦਾ। ਇਹ ਲੱਗੀ ਸ਼ੁਰੂ ਹੋਣ, ਇਹ ਹੋ ਗਈ ਸ਼ੁਰੂ ਹੋ ਗਈ। ਉਹ ਬਣਾਉਂਦੇ ਪਏ ਮੋਸ਼ਨ ਜਿਹਾ ਬਸ ਉਹਦਾ, ਉਹਦਾ ਮੂੰਹ ਦੇਖੋ ਅੱਗੇ ਕਿੱਡਾ ਵੱਡਾ ਆ। ਉਹ ਬੱਲੇ 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 ਕਰ ਸ਼ੁਰੂ, ਉਹ ਨਾ ਗਰਮ ਜਿਹਾ ਕਰਦੇ ਵੀ ਅਜੇ ਇੰਜਣ ਜਿਹਾ, ਬਸ ਕਰ ਲੱਗੇ ਸਟਾਰਟ। ਇਹ ਲੱਗੀ ਹੁਣ ਸਟਾਰਟ, ਉਹ ਲਾਪੇ ਹਿਲਾਉਣ ਇਹ ਉਹਦੇ। ਉਹ ਦੇਖੋ ਸਭ ਤੋਂ ਮੋਹਰੇ ਦੇਖੋ ਕਿੱਥੇ ਮੁੰਡਾ ਚੜ੍ਹਦਾ ਪਿਆ, ਉਹ ਦੇਖੋ ਉਹ ਯਾਰ ਡਰਦੇ ਵੀ ਹੈ ਨੀ ਇਹ ਤਾਂ। ਇੱਧਰਲੇ ਪਾਸੇ ਮੁੰਡਾ ਖੜਾ ਹੋ ਗਿਆ, ਰਾਤ ਮੋਸ਼ਨ ਜਿਹਾ ਬਣਾਊਗਾ ਉਹਦੇ, ਤੇ ਉਹ ਇੱਕ ਮੁੰਡਾ ਪਰਲੇ ਪਾਸੇ ਖੜਾ ਆ, ਉਹ ਦੇਖੋ ਇੱਕ ਉਹ ਪਰਲੇ ਪਾਸੇ ਖੜਾ ਆ, ਇੱਕ ਉਰਲੇ ਪਾਸੇ ਖੜਾ ਹੋ ਗਿਆ। ਉਹ ਲੱਗੇ ਸਟਾਰਟ ਕਰਨ, ਇਹ ਲੱਗੇ ਸ਼ੁਰੂ ਹੋਣ, ਕਰਤੀ ਸ਼ੁਰੂ ਇਹਨਾਂ ਨੇ ਕਰਤੀ ਸ਼ੁਰੂ। ਇਹ
ਚੱਲ ਲਾਪੇ ਚੱਕਰਦਾ ਉਹਨੂੰ ਦੇਖੋ ਹੁਣੀ ਹੁਣੀ ਲੋਕਾਂ ਚੀਕਾਂ ਪੈ ਲਾਪਣੀਆਂ ਇੱਥੇ ਕਰਤੀ ਸ਼ੁਰੂ ਲੋਕਾਂ ਚੀਕਾਂ ਪੈ ਲਾਪੀਆਂ ਦੇਖੋ ਉਹ ਬੱਲੇ 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 ਉਹ ਦੇਖਿਓ ਹੋਏ ਦੇਖਿਓ ਹੋਏ ਉਹ ਦੇਖੋ ਉਹ ਬੱਲੇ ਤੁਹਾਡੇ ਉਹ ਕਿੱਤਕ ਚਾੜਦੇ ਪਏ ਯਾਰ ਰਿਸਕੀ ਆ ਜੇ ਉਹ ਤਾਂ ਕੁਛ ਵੀ ਹੋ ਗਿਆ ਨਾ ਘਾੜੀ ਖਤਮ ਉਹ ਬੱਲੇ ਤੇਰੇ ਚਾੜਦੇ ਸਮਾਨ ਦੇ ਉੱਪਰ ਇਹਨਾਂ ਨੇ ਦੇਖੋ ਇੱਧਰ ਠੰਡੇ ਦਾ ਕੋਲਡ ਡਰਿੰਕ ਦਾ ਲੰਗਰ ਸਟਾਰਟ ਹੁੰਦਾ ਪਿਆ ਬਸ ਤਿਆਰੀ ਚੱਲਦੀ ਪਈ ਉਹ ਦੇਖੋ ਉਹ ਵੀਰ ਬੋਤਲਾਂ ਬਾਹਰ ਕੱਢਦਾ ਪਿਆ ਤਿਆਰੀ ਚੱਲਦੀ ਪਈ ਬਸ ਹੋਰ ਵੀ ਇੱਧਰ ਪੰਗੂੜੇ ਬਹੁਤ ਜ਼ਿਆਦਾ ਲੱਗੇ ਆ ਉਹ ਦੇਖੋ ਠੰਡਿਆਂ ਦੀ ਪਾਣੀ ਦੀ ਪੂਰੀ ਟਰਾਲੀ ਭਰੀ ਪਈ ਆ ਪੂਰੀ ਇਹ ਸਭ ਲੰਗਰ ਲੱਗਣਾ ਦੇਖਿਓ ਹੁਣ ਇੱਧਰ ਚੱਲਦਾ ਫਿਰ ਲੰਗਰ ਠੰਡੇ ਦਾ ਉਹ ਜੀ ਇੱਧਰਲੇ ਪਾਸੇ ਲੱਗਾ ਹੈ ਚਾਹ ਦਾ ਲੰਗਰ ਆਹ ਦੇਖੋ ਚੱਲਦਾ ਪਿਆ ਚਾਹ ਦਾ ਲੰਗਰ ਇੱਧਰਲੇ ਪਾਸੇ ਜੀ ਸਬਜ਼ੀ ਘੱਟ ਹੁੰਦੀ ਪਈ ਆ ਗੰਢੇ ਆਲੂ ਸਾਰੀ ਸੰਗਤ ਸੇਵਾ ਕਰਦੀ ਪਈ ਆ ਇੱਧਰਲੇ ਪਾਸੇ ਸਟੋਰ ਆ ਇੱਧਰਲੇ ਪਾਸੇ ਪੂਰੀ ਤਿਆਰੀ ਚੱਲਦੀ ਪਈ ਆ ਜੀ ਲੰਗਰ ਦੀ ਜਲੇਬੀਆਂ ਨਿਕਲਦੀਆਂ ਪਈਆਂ ਆ ਚੈੱਕ ਕਰੋ ਕਿੰਨੇ ਸਿਲੰਡਰ ਆ ਇੱਥੇ ਇੱਧਰਲੇ ਪਾਸੇ ਫੁਲਕੇ ਬੰਨੇ ਆ ਉਹ ਦੇਖੋ ਬੀਬੀ ਅੰਦਰ ਫੁਲਕੇ ਪਕਾਉਂਦੀਆਂ ਪਈਆਂ ਆ ਆਹ ਦੇਖੋ ਪਕੌੜੇ ਇੱਧਰ ਪਕੌੜੇ ਹੋਰ ਨਿਕਲਦੇ ਪਏ ਆ ਦੇਖੋ ਐ ਸੇਵਾ ਚੱਲਦੀ ਪਈ ਆ ਬਹੁਤ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਹ ਦੇਖੋ ਇੱਧਰ ਚਾਵਲ ਉਹ ਦੇਖੋ ਚਾਵਲ ਉਹ ਕਿੰਨੇ ਪਕੌੜੇ ਪਏ ਆ ਪਰਲੇ ਪਾਸੇ ਹੋਰ ਇੱਧਰ ਵੀ ਪਕੌੜੇ ਨਿਕਲਦੇ ਪਏ ਆ ਆਹ ਦੇਖੋ ਇੱਧਰ ਪਿਆਜ਼ ਕੱਟ ਕੇ ਰੱਖੀ ਹੋਏ ਆ ਇੱਧਰ ਅਤੇ ਇੱਧਰ ਆਟਾ ਗੁੰਨ ਹੁੰਦਾ ਪਿਆ ਆ ਇਹ
ਇੱਧਰ ਆਟਾ ਛਾਣ ਹੁੰਦਾ ਪਿਆ ਆ ਤਾਂ ਫਿਰ ਉੱਧਰ ਮਸ਼ੀਨ ਰਾਹੀਂ ਆਟਾ ਗੁੰਨਿਆ ਜਾਂਦਾ। ਕਿੰਨੇ ਆਟੇ ਦੇ ਬੋਰੇ ਪਏ ਆ ਦੇਖੋ, ਦੇਖੋ ਇੱਧਰ ਫੁਲਕੇ ਬਣਦੇ ਪਏ ਆ, ਲੋਹ ਲੱਗੀ ਆ, ਥੱਲੇ ਅੱਗ ਬਲਦੀ ਪਈ ਆ ਤੇ ਉੱਪਰ ਫੁਲਕੇ ਬਣਦੇ ਪਏ ਦੇਖੋ। ਉਹ ਦੇਖੋ ਏਡਾ ਫੁਲਕਾ ਆ। ਇੱਥੇ ਹਰ ਸਾਲ ਸੰਗਤ ਜਿਹੜੀ ਆ ਬਹੁਤ ਦੂਰੋਂ ਦੂਰੋਂ ਆਉਂਦੀ ਆ ਤੇ ਇੱਥੇ ਹਰ ਸਾਲ ਲੱਖਾਂ ਵੇ ਸੰਗਤ ਆਉਂਦੀ ਆ ਤੇ ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਲੋਕ ਇੱਥੇ ਦਰਸ਼ਨ ਕਰਦੇ ਆ ਬਹੁਤ ਚਾਅ ਨਾਲ। ਉਹ ਸਾਹਮਣੇ ਦੇਖੋ ਕਿੰਨਾ ਜ਼ਿਆਦਾ ਰਸ਼ ਲੱਗਾ ਪਿਆ ਆ। ਟਾਈਮ ਅਜੇ ਹੁੰਦਾ ਪਿਆ ਆ 10 ਵੱਜ ਚੁੱਕੇ ਆ ਤੇ ਅਜੇ ਨਾ ਪੰਡਾਲ ਨੇ ਜ਼ਿਆਦਾ ਭਰਿਆ ਨਹੀਂ ਹੈਗਾ ਤੇ ਜਦੋਂ ਇੱਥੇ ਨਿਸ਼ਾਨ ਸਾਹਿਬ ਚੜ੍ਹਨਾ ਨਾ ਆਪਣੇ ਆਪ ਉਦੋਂ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ, ਬਹੁਤ ਜ਼ਿਆਦਾ ਸੰਗਤ ਹੋ ਜਾਂਦੀ ਇੱਥੇ। ਆਇਆ ਜੀ ਬਾਬਾ ਜੀ ਦੀ ਖੂਹੀ। ਉਹ ਦੇਖੋ ਸਾਹਮਣੇ ਫਰੂਟੀਆਂ ਦਾ ਲੰਗਰ ਸਟਾਰਟ ਹੋ ਗਿਆ ਆ, ਕੋਲਡ ਡਰਿੰਕ ਦਾ ਤੇ ਫਰੂਟੀਆਂ ਦਾ ਦੇਖੋ। ਸਾਰੀਆਂ ਚੀਜ਼ਾਂ ਨਾ ਮੇਲੇ ਤੇ ਦੇਖਣ ਨੂੰ ਮਿਲਦੀਆਂ, ਬਾਜੇ ਬੂਜੇ ਹੋਏ, ਛਣਕਣੇ ਹੋਏ, ਨਿੱਕੇ ਨਿੱਕੇ ਖਿਡੌਣੇ ਹੋਏ ਬੱਚਿਆਂ ਦੇ ਨਾ, ਉਦਾਂ ਕਿੱਥੇ ਦੇਖਣ ਨੂੰ ਮਿਲਦੀਆਂ ਯਾਰ। ਜੀ ਬਸ ਹੁਣ ਨਿਸ਼ਾਨ ਸਾਹਿਬ ਥੱਲੇ ਲਾਉਣ ਦੀ ਰਸਮ ਸ਼ੁਰੂ ਹੋਣ ਵਾਲੀ ਆ ਤੇ ਉਹ ਸੇਵਾਦਾਰ ਬਹਿ ਗਏ ਆ। ਉਹ ਸਾਹਮਣੇ ਦੇਖੋ ਉਹਨਾਂ ਨੇ ਉਹ ਲਾ ਤਿਆ ਗੇਟ ਜੇ ਕਿ ਉੱਧਰ ਕੋਈ ਜਾ ਨਾ ਸਕੇ, ਹੁਣ ਸਿਰਫ ਸੇਵਾਦਾਰ ਬੈਠੇ ਆ ਉੱਥੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੁਰਾਣੇ ਬਸਤਰ ਉਤਾਰ ਕੇ ਨਵੇਂ ਬਸਤਰ ਪਾਉਣੇ ਆ ਜਿਨ੍ਹਾਂ ਨੇ। ਉਹ ਦੇਖੋ ਬਸ ਨਿਸ਼ਾਨ ਸਾਹਿਬ ਸਾਡੇ ਲਾਉਣ ਲੱਗੇ ਬਸ ਹੁਣ। ਹੌਲੀ ਹੌਲੀ ਸਾਰੇ ਸੇਵਾਦਾਰ ਇਕੱਠੇ ਹੁੰਦੇ ਪਏ ਆ ਹੁਣ ਤੇ ਬਸ ਹੁਣ ਰਸਮ ਸ਼ੁਰੂ ਹੋਣ ਵਾਲੀ ਆ ਬਸ। ਸੰਗਲ ਵਿੱਚ ਥੋੜਾ ਜਿਹਾ ਰੱਖਣਾ, ਵਿੱਚੋਂ ਵੀ ਫੜ ਕੇ ਰੱਖਣਾ ਇੱਦਾਂ ਬਸ।
ਇੱਕ ਹੋਰ ਬੇਨਤੀ ਹੈ ਵੀ ਜਿਹੜੀ ਸੰਗਤ ਥੱਲੇ ਹੈ ਉਹ ਕੋਈ ਵੀ ਜਕਾਰਾ ਨਾ ਛੱਡੇ। ਉਹ ਜਕਾਰਾ ਭਾਈ ਛਪਾਲ ਸਿੰਘ ਜੀ ਉਹਨਾਂ ਦੀ ਸੇਵਾ ਲੱਗੀ ਹੈ, ਉਹਨਾਂ ਨੇ ਆਪਣੇ ਆਪ ਦੀ ਸੇਵਾ ਨਾਨਕਾ ਵਿੱਚ ਚੜ੍ਹਾਉਣ ਦੀ ਉਹ ਕਰਵਾ ਲੈਣੀ ਹੈ। ਉਹ ਥੱਲੋਂ ਕੋਈ ਵੀ ਬੰਦਾ ਆਪਣੀ ਮਨਮਰਜ਼ੀ ਨਾਲ ਜਕਾਰਾ ਨਾ ਛੱਡੇ, ਜਿਸ ਕਰਕੇ ਕਿਉਂਕਿ ਖਿੱਚਾਂ ਦੇ ਉੱਤੇ ਸਿੰਘ ਲੱਗੇ ਉਹਨਾਂ ਵਿੱਚ ਕੋਈ ਕਨਫਿਊਜ਼ਨ ਪੈਦਾ ਹੋਵੇ। ਕੋਈ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਵੀ ਤਾਰ ਦੀ ਅਦਲੀ ਬਦਲੀ ਨਾ ਹੋ ਸਕੇ। ਆਪਣੇ
ਸਤਕਾਰ ਨਾਨਕ ਦੇ ਮੁਖ ਜੀ
ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਉਪਰੰਤ ਨਵੇਂ ਵਸਤਰ ਸਜਾਏ ਗਏ ਹਨ। ਇਸ਼ਨਾਨ ਦੀ ਸੇਵਾ ਕਰਦਿਆਂ ਨਵੇਂ ਵਸਤਰ ਸਜਾਉਂਦਿਆਂ ਚੋਲਾ ਸਾਹਿਬ ਬਦਲਦਿਆਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਪਾਠ ਕਰਦਿਆਂ ਸ੍ਰੀ ਚੌਪਈ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਮਾਫ਼ ਕਰਨੀਆਂ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ। ਇਸੇ ਤਰ੍ਹਾਂ ਗੁਰੂ ਘਰ ਦੇ ਨਿਸ਼ਾਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ ਆਪ ਜੀ ਦੇ ਪਾਵਨ ਬਚਨ ਹਨ। ਜੇ ਪੂਜਾ ਸਕੇਤ ਕੀ ਨਿਤਪ੍ਰਤ ਕਰੇ ਬਣਾਏ ਤਿੰਨ ਪਰ ਆਪਣੋ ਹੱਥ ਦੇ ਆਸ ਤੁਜ ਲੇਤ ਬਚਾਏ ਸੱਚੇ ਪਾਤਸ਼ਾਹ। ਜਿੱਥੇ ਮਹਾਂਪੁਰਖਾਂ ਵੱਲੋਂ ਬੜੇ ਪ੍ਰੇਮ ਦੇ ਨਾਲ ਇਹ ਸੇਵਾ ਨਿਭਾਈ ਗਈ ਹੈ ਉੱਥੇ ਹੀ ਇਸ ਪਾਵਨ ਅਸਥਾਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਦੀ ਸੇਵਾ ਵਿੱਚ ਸੁੰਦਰ ਵਸਤਰ ਭੇਟਾ ਕੀਤੇ ਗਏ ਹਨ ਮਹਾਰਾਜ। ਦਰਸ਼ਨੀ ਭੇਟਾ ਹਾਜ਼ਰ ਕੀਤੀ ਗਈ ਹੈ। ਤਿਨ੍ਹਾਂ ਦੀ ਕੀਤੀ ਹੋਈ ਸੇਵਾ ਤਨ ਮਨ ਧਨ ਦੁਆਰਾ ਕੀਤੀ ਹੋਈ ਸੇਵਾ ਦਰ ਤੇ ਪ੍ਰਵਾਨ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਕੀਹਾ ਉਹਾ ਸੱਚ ਹੋਵੇ। ਮਹਾਰਾਜ ਕਿਰਪਾ ਕਰਨੀ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਸੇਵਾ ਕੀਤੀ ਹੈ ਤਿਨ੍ਹਾਂ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਮਹਾਰਾਜ ਕਿਰਪਾ ਕਰੋ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਮਹਾਂਪੁਰਖਾਂ ਦੀ ਯਾਦ ਅੰਦਰ ਲੰਗਰ ਲਗਾਏ ਹਨ ਸੱਚੇ ਪਾਤਸ਼ਾਹ ਰਸਦਾਂ ਭੇਟਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਸੇਵਾ ਖਾਏ ਪਾਉਣੀ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ। ਕਿਰਪਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਗੁਰੂ ਘਰ ਦੇ ਸ਼ਰਧਾਲੂਆਂ ਦੀ ਚੜ੍ਹਦੀ ਕਲਾ ਕਰਨੀ ਮਹਾਰਾਜ। ਅੱਗੇ ਵਾਸਤੇ ਵੀ ਇਸੇ ਤਰ੍ਹਾਂ ਜੋੜ ਮੇਲੇ ਮਨਾਉਣ ਦਾ ਬਾਲ ਉਦਮ ਉਤਸ਼ਾਹ ਬਖਸ਼ਿਸ਼ ਕਰਕੇ ਨਿਹਾਲ ਕਰਨਾ ਵਿਘਨਾਂ ਦਾ ਨਾਸ਼ ਕਰਕੇ ਧਰਮ ਦਾ ਪ੍ਰਕਾਸ਼ ਕਰਨਾ ਮਹਾਰਾਜ। ਸਮੂਹ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਨਾਮਦਾਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ। ਆਈ ਹੋਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਿਲ ਬੋਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀ ਹੈ। ਕਿਰਪਾ ਕਰਨੀ ਮਹਾਰਾਜ ਜੀ ਖਾਲਸੇ ਪੰਥ ਦੀ ਦਮਦਮੀ ਟਕਸਾਲ ਦੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਚੜ੍ਹਦੀ ਕਲਾ ਕਰਨੀ ਚੜ੍ਹਦੀ ਕਲਾ ਦੇ ਸਹਿਤ ਵੱਧ ਤੋਂ ਵੱਧ ਗੁਰਸਿੱਖੀ ਦੇ ਪ੍ਰਚਾਰ ਕਰਵਾਉਣੇ ਜਥੇ ਵਿੱਚ ਰਹਿਣ ਵਾਲੇ ਸਿੰਘਾਂ ਨੂੰ ਕਥਾ ਕੀਰਤਨ ਨਾਮ ਬਾਣੀ ਅਭਿਆਸ ਦੀ ਬ੍ਰਹਮ ਵਿੱਦਿਆ ਦੀ ਸ਼ਸਤਰ ਵਿੱਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਮਹਾਰਾਜ। ਕਿਰਪਾ ਕਰੋ ਇਸ ਵਕਤ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਵੱਲੋਂ ਮਹਾਂਪੁਰਖਾਂ ਵੱਲੋਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਤੋਂ ਉਪਰੰਤ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਮਹਾਰਾਜ। ਕਿਰਪਾ ਕਰਨੀ ਦਰ ਤੇ ਪ੍ਰਵਾਨ ਕਰਨੀ ਆਪ ਜੀ ਕਿਰਪਾ ਕਰੋ ਸ੍ਰੀ ਨਿਸ਼ਾਨ ਸਾਹਿਬ ਚਲਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਿਆਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜਿੱਤਿਆ ਵੇ ਗੁਰੂ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਜੀ ਮੰਨਿਓ ਕਰਿਓ।
ਠੀਕ ਹੋ ਗਿਆ।
ਅੱਜ ਦਾ ਵਲੌਗ ਬਸ ਇੰਨਾ ਸੀਗਾ। ਜੇ ਵਲੌਗ ਵਧੀਆ ਲੱਗਾ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤਦ ਲਈ ਰੱਬ ਰੱਖਾ, ਟੇਕ ਕੇਅਰ, ਬਾਏ ਬਾਏ।